next one dekho, sum number 7th, ki there is a circular path around the sports field. Koi circular path ki hai, koi sports field hai, circular path kuch is tarah da. Theek hai, ki next line dekho ki hai, next line, Sonia take 18 minutes to drive one round of the field. Ki koi Sonia person hai jo 18 minute vich ki hai is round, is da ek one round complete kar liya. ਇਸ ਦਾ ਇੱਕ 1 ਰਾਊਂਡ ਕੀ ਹੈ ਕੰਪਲੀਟ ਕਰ ਦੀ 18 ਮਿੰਟ ਵਿੱਚ 18 ਮਿੰਟ ਵਾਈ ਰਵੀ ਟੇਕ 12 ਮਿੰਟ ਫੋਰ ਦਾ ਸੇਮ ਸੋ ਮੈਂ ਕੋਈ ਪਰਸਨ ਰਵੀ ਹੈ ਜੋ ਕਿ ਇਸ ਦਾ ਰਾਊਂਡ 12 ਮਿੰਟ ਵਿੱਚ ਕੰਪਲੀਟ ਕਰਦਾ ਹੈ ਓਕੇ ਸੋ ਸਪੋਜ਼ ਦੇ ਬੋਥ ਸਟਾਰਟ ਐਟ ਦਾ ਸੇਮ ਪੁਆਇੰਟ ਐਂਡ ਐਟ ਦਾ ਸੇਮ ਟਾਈਮ ਦੋਨੇ ਪਰਸਨ ਰਵੀ ਤੇ ਸੋਨੀਆ ਮੰਨ ਲਓ ਦੋਨੇ ਇੱਕੋ ਪੁਆਇੰਟ ਤੋਂ ਇੱਕੋ ਟਾਈਮ same time ਤੇ ਕੀ ਹੈ ਦੋਨੋਂ ਕੀ ਹੈ ਰਾਊਂਡ ਸਟਾਰਟ ਕਰਦੇ ਆ ਓਕੇ ਆਫਟਰ ਹਾਊ ਮੈਨੀ ਮਿੰਟ ਦੇ ਵਿਲ ਮੀਟ ਅਗੇਨ ਐਟ ਦਾ ਸਟਾਰਟਿੰਗ ਪੁਆਇੰਟ ਕਿ ਦੋਨੇ ਕਿੰਨੇ ਮਿੰਟ ਬਾਅਦ ਵਾਪਸ ਉਸੇ ਸਟਾਰਟਿੰਗ ਪੁਆਇੰਟ ਤੇ ਕੀ ਹੈ ਇੱਕ ਦੂਜੇ ਨੂੰ ਮੀਟ ਕਰਨਗੇ ਇਹ ਫਾਈਂਡ ਕਰਨਾ ਆਪਾਂ ਸੋ ਦੁਬਾਰਾ ਦੇਖੋ ਕਿਉਂਕਿ ਆਪਣਾ ਕੀ ਸਪੋਰਟਸ ਫੀਲਡ ਹੈ ਅਰਾਊਂਡ ਸਰਕੂਲਰ ਟਾਈਪ ਦਾ ਹੈ ਸੋ ਕੋਈ ਇੱਕ ਪਰਸਨ ਹੈ ਸੋਨੀਆ ਐਂਡ ਰਵੀ ਦੋਨੋਂ ਕੀ ਹੈ ਇੱਕੋ ਪੁਆਇੰਟ ਤੋਂ ਇੱਕੋ ਟਾਈਮ 'ਤੇ ਸਟਾਰਟ ਕਰਦੇ ਆ ਤੁਰਨਾ ਓਕੇ ਸੇਮ ਡਾਇਰੈਕਸ਼ਨ ਵਿੱਚ ਸੋ ਦੱਸਣਾ ਕਿ ਦੋਨੋਂ ਕਿੰਨੇ ਮਿੰਟ ਬਾਅਦ ਕੀ ਹੈ ਵਾਪਸ ਉਸੇ ਜਗ੍ਹਾ 'ਤੇ ਆ ਕੇ ਮਿਲ ਜਾਣਗੇ ਸੋ ਇਨ ਇਸ ਚੀਜ਼ ਫਾਈਂਡ ਕਰਨੀ ਆਪਾਂ ਇਹਨਾਂ ਦੋਨਾਂ ਮਿੰਟ ਦਾ ਕੀ ਹੈ ਐਲਸੀਅਮ ਫਾਈਂਡ ਕਰਾਂਗੇ ਠੀਕ ਹੈ ਸੋ ਵੀ ਫਾਈਂਡ ਦਾ ਐਲਸੀਅਮ ਫਾਈਂਡ ਐਲਸੀਅਮ ਆਫ 18 ਐਂਡ 12 ਓਕੇ ਸੋ ਐਲਸੀਅਮ ਨੂੰ ਆਪਾਂ ਫਾਈਂਡ ਕਰਨ ਲਈ ਇੱਕ ਹੋਰ ਤਰੀਕਾ ਯੂਜ਼ ਕਰਾਂਗੇ ਸੌਖਾ ਹੈ 12 ਐਂਡ 18 ਦਾ ਪ੍ਰਾਈਮ ਫੈਕਟਰ ਆਪਾਂ ਕੰਬਾਈਨ ਹੀ ਕਰਾਂਗੇ ਓਕੇ ਸੋ 2 ਐਂਡ 18 ਦਾ ਆਪਾਂ ਕੀ ਹੈ ਪ੍ਰਾਈਮ ਫੈਕਟਰ 2 ਨਾਲ ਡਿਵਾਈਡ ਕਰਾਂਗੇ 2 ਐਂਡ 18 ਨੂੰ ਸੋ 12 ਐਂਡ 18 ਨੂੰ 2 ਨਾਲ ਡਿਵਾਈਡ ਕਰਾਂਗੇ ਸੋ 12 ਨੂੰ 2 ਨਾਲ ਡਿਵਾਈਡ ਕੀਤਾ ਆਨਸਰ 6 ਐਂਡ 18 ਨੂੰ 2 ਨਾਲ ਕੀਤਾ 9 ਓਕੇ ਸੋ ਅਗੇਨ 2 ਸੋ 2 ਨੂੰ ਡਿਵਾਈਡ ਕੀਤਾ ਆਪਾਂ 6 ਨਾਲ ਸੋਰੀ 6 ਨੂੰ ਡਿਵਾਈਡ ਕੀਤਾ 2 ਨਾਲ ਆਨਸਰ 3 ਐਂਡ 9 2 ਨਾਲ ਡਿਵਾਈਡ ਨਹੀਂ ਹੋ ਰਿਹਾ ਸੋ 9 ਨੂੰ ਆਪਾਂ ਉਸੇ ਤਰ੍ਹਾਂ ਰੱਖਾਂਗੇ ਸੋ 3 ਐਂਡ 9 ਦਾ ਕਾਮਨ ਟੇਬਲ 3 ਹੈ ਸੋ 3 ਡਿਵਾਈਡ ਬਾਈ 3 1 ਐਂਡ 9 ਡਿਵਾਈਡ ਬਾਈ 3 ਇਜ਼ 3 ਸੋ 3 ਡਿਵਾਈਡ ਬਾਈ 3 1 ਐਂਡ 1 ਓਕੇ ਸੋ ਇਹ ਸਾਰੇ ਫੈਕਟਰ ਆਪਣੇ ਕੀ ਹੋਣਗੇ ਐਲਸੀਅਮ ਇਹ ਤਰੀਕਾ ਕੀ ਜੇਕਰ ਆਪਾਂ ਡਾਇਰੈਕਟ ਐਲਸੀਅਮ ਫਾਈਂਡ ਕਰਨਾ ਹੋਇਆ ਤਾਂ ਆਪਾਂ ਇਹ ਕੀ ਮੈਥਡ ਯੂਜ਼ ਕਰ ਸਕਦੇ ਹਾਂ ਅਦਰਵਾਈਜ਼ ਆਪਾਂ ਜੋ ਮੈਥਡ ਪਹਿਲਾਂ ਯੂਜ਼ ਕਰਦੇ ਹਾਂ ਕੁਐਸਚਨ ਨੰਬਰ ਸੈਕਿੰਡ ਵਿੱਚ ਜਾਂ ਥਰਡ ਵਿੱਚ ਉਹ ਵੀ ਬਿਲਕੁਲ ਸਹੀ ਹੈ ਬਟ ਜੇਕਰ ਇਕੱਲਾ ਆਪਾਂ ਐਲਸੀਅਮ ਹੀ ਫਾਈਂਡ ਕਰਨਾ ਦੈਨ ਇਹ ਮੈਥਡ ਕੀ ਹੈ ਈਜ਼ੀ ਹੈ ਸੌਖਾ ਹੈ ਸੋ ਆਪਾਂ ਇਹਨੂੰ ਇਸੇ ਨੂੰ ਯੂਜ਼ ਕਰਾਂਗੇ ਸੋ ਐਲਸੀਅਮ ਆਪਣਾ ਕੀ ਹੋਏਗਾ 2 × 2 × 3 × 3 ਸੋ 36 ਸੋ 30 ਮਿੰਟ ਆਪਣਾ ਕੀ ਹੈ ਇਸ ਇਹਨਾਂ ਦੋਨਾਂ ਮਿੰਟ ਦਾ ਕੀ ਹੈ ਐਲਸੀਅਮ ਹੈ ਇਟ ਮੀਨਸ ਸੋਨੀਆ ਐਂਡ ਰਵੀ ਜੇਕਰ ਇਸੇ ਪੁਆਇੰਟ ਤੋਂ ਸਟਾਰਟ ਕਰਦੇ ਤੁਰਨਾ ਤਾਂ ਦੋਨੇ 36 ਮਿੰਟ ਬਾਅਦ ਵਾਪਸ ਇਸੇ ਪੁਆਇੰਟ 'ਤੇ ਕੀ ਇੱਕ ਦੂਜੇ ਨੂੰ ਮੀਟ ਕਰਨਗੇ ਓਕੇ ਸੋ ਇਹ ਸੀ ਆਪਣਾ ਸਮ ਨੰਬਰ 7 ਸੋ ਇਸੇ ਸਮ ਦੇ ਨਾਲ ਆਪਣੀ ਐਕਸਰਸਾਈਜ਼ 1.2 ਕੀ ਹੈ ਪੂਰੀ ਤਰ੍ਹਾਂ ਕੰਪਲੀਟ ਹੋ ਚੁੱਕੀ ਹੈ ਸੋ